ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਿਰੋਜ਼ਪੁਰ ਵਿਖੇ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਦੀ ਪਹਿਚਾਣ ਸ਼ਿਵਾ ਧਾਲੀਵਾਲ ਵਜੋਂ ਹੋਈ ਹੈ। ਸ਼ਿਵਾ ਧਾਲੀਵਾਲ ਆਪਣੇ ਮਾਂ ਪਿਓ ਦਾ ਇਕਲੌਤਾ ਪੁੱਤਰ ਸੀ, ਜੋ ਕਿ ਆਪਣੇ ਪਿੱਛੇ ਆਪਣੀ ਮਾਂ ਅਤੇ ਭੈਣ ਨੂੰ ਛੱਡ ਗਿਆ। ਮ੍ਰਿਤਕ ਸ਼ਿਵਾ ਦੇ ਰਿਸ਼ਤੇਦਾਰਾਂ ਨੇ ਪੁਲਿਸ ਪਾਸੋਂ ਸ਼ਿਵਾ ਦਾ ਕਤਲ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਧਰ SPD ਅਜੇ ਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਦਕਿ ਆਲੇ ਦੁਆਲੇ ਦੇ CCTV ਕੈਮਰਿਆਂ ਦੀ ਫੁਟੇਜ ਵੀ ਪੁਲਿਸ ਵੱਲੋਂ ਖੰਗਾਲੀ ਜਾ ਰਹੀ ਹੈ। ਮੁੰਡਾ ਜੀ ਸਾਡਾ 5 ਹੀ ਹੈ, ਉਹਦੇ ਮੰਮੀ ਸਿਵਲ ਹਸਪਤਾਲ 'ਚ ਲੱਗੇ ਆ ਕਲਾਸ 4, ਅਤੇ ਉਹਨੂੰ ਛੁਰੀਆਂ ਮਾਰੀਆਂ ਮੁੰਡਿਆਂ ਨੇ, 3 ਮੁੰਡੇ ਸੀ ਬੁਲਟ 'ਤੇ ਆਏ ਆ, ਜੋ ਜਾਣਕਾਰੀ ਸਾਡੇ ਕੋਲ ਹੈਗੀ ਹੈ। ਘਰ ਦਾ ਇਕੱਲਾ ਮੁੰਡਾ ਸੀਗਾ, ਅਤੇ ਪੁਲਿਸ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ DSP ਸਾਹਿਬ ਨੇ ਕਿ ਅਸੀਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ ਲਾਂਗੇ। ਦੋ ਦੋਸਤ ਆਪਣੇ ਮੋਟਰਸਾਈਕਲ ਦੇ ਉੱਤੇ ਸ਼ਹਿਰ ਦੇ ਵਿੱਚ ਰਾਊਂਡ ਕਰ ਰਹੇ ਸੀ, ਸ਼ਿਵਮ ਅਤੇ ਸ਼ਿਵਾ, ਕਰਦੇ ਕਰਦਿਆਂ ਕੁਛ ਪਿੱਛੋਂ ਇਹਨਾਂ ਨੇ ਦੱਸਣ ਦੇ ਮੁਤਾਬਕ ਕਿ ਬੁਲਟ ਮੋਟਰਸਾਈਕਲ ਦੇ ਉੱਤੇ 3 ਮੋਨੇ ਨੌਜਵਾਨ ਆਏ ਅਤੇ ਉਹ ਇਸ ਬੰਦੇ ਨੇ ਕਿਰਚ ਮਾਰ ਕੇ ਚਲੇ। ਕੁਛ ਪਤਾ ਲੱਗਿਆ ਮੌਤ ਹੋ ਗਈ, ਇਸ ਦੀ ਮਦਰ ਵੱਲੋਂ ਹੁਣ FIR ਰਜਿਸਟਰ ਕਰ ਦਿੱਤੀ ਗਈ ਆ। ਇਨਵੈਸਟੀਗੇਸ਼ਨ ਦੇ ਦੌਰਾਨ ਦੇਖਦੇ ਹਾਂ ਜੀ ਕਿਹੜੇ ਕਿਹੜੇ ਤੱਥ ਸਾਹਮਣੇ ਆਏ ਉਹਨਾਂ ਦੇ ਮੁਤਾਬਕ। ਕੋਈ CCTV ਫੁਟੇਜ? CCTV ਫੋਟੋ ਦੇਖ ਰਹੇ ਹਾਂ ਜੀ, ਚੈੱਕ ਕਰਦੇ ਹਾਂ ਵੀ ਜਿਹੜੀ ਚੀਜ਼ ਸਾਹਮਣੇ ਆ ਤੁਹਾਨੂੰ ਅਪਡੇਟ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਨਵਰੰਗ TV। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।